ਸੀਗਾ ਉਹ ਪੰਜਾਬ ਤੋਂ ਆਉਂਦੀ ਔਰ ਉਹਨਾਂ ਨੇ ਆ ਜਿਹੜੇ ਸਾਡੇ ਕਿਸਾਨ ਵੀਰ ਬੈਠੇ ਆ ਇਹਦੀ ਆਧਾਰਨ ਦੇ ਕੇ ਦੱਸਿਆ ਕਿ ਉਹਨਾਂ ਨੇ ਇੱਕ ਨਵਾਂ ਰਾਹ ਖੋਲ ਦਿੱਤਾ ਉਹ ਜਿਹੜੀ ਕਿਸਾਨ ਯੂਨੀਵਰਸਿਟੀ 13 ਮਹੀਨੇ ਉੱਥੇ ਲਗਾਤਾਰ ਕੋਰਸ ਆਪ ਕੀਤਾ ਤੇ ਦੂਜਿਆਂ ਨੂੰ ਕਰਾਇਆ ਉਹਨੇ ਦੇਸ਼ ਦਾ ਭਵਿੱਖ ਕਿਹੋ ਜਿਹਾ ਹੋਵੇ ਔਰ ਉਸ ਭਵਿੱਖ ਨੂੰ ਕਿਵੇਂ ਆਪਣੇ ਬਲਬ ਤੇ ਆਪਣੀ ਸ਼ਕਤੀ ਦੇ ਨਾਲ ਆਪਣੇ ਕੱਠ ਦੇ ਨਾਲ ਉਹਨੂੰ ਸ਼ੇਪ ਕਰਨਾ ਉਹਨੂੰ ਅੱਗੇ ਤੋਰਨਾ ਉਹ ਰਸਤਾ ਵੀ ਇਹਨਾਂ ਨੇ ਦਿਖਾਇਆ ਇਸ ਲਈ ਉਹ ਬੰਦੇ ਜਿਹੜੇ ਸਾਡੇ ਇੰਟੈਲੈਕਚੁਅਲ ਆ ਜਿਹੜੇ ਬਾਹਰ ਬੈਠ ਕੇ ਸਾਨੂੰ ਦੂਰੋਂ ਦੂਰਬੀਨਾਂ ਦੇਖਦੇ ਆ ਕਿ ਜਗ੍ਹਾ ਜਗ੍ਹਾ ਕੀ ਹੋ ਰਿਹਾ ਤੇ ਉਹਨਾਂ ਦੀ ਦੂਰਬੀਨ ਸਾਡੇ ਤੇ ਆ ਕੇ ਤੁਹਾਡੇ ਨੌਜਵਾਨਾਂ ਤੇ ਆ ਕੇ ਸਾਡੇ ਕਿਸਾਨਾਂ ਤੇ ਆ ਕੇ ਸਾਡੇ ਪੰਜਾਬ ਤੇ ਆ ਕੇ ਰੁਕਦੀ ਹੈ ਕਿ ਇੱਥੇ ਕੁਝ ਅਲੱਗ ਦਿਖਦਾ ਇਸ ਲਈ ਤੁਹਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਇਹ ਛੋਟੇ ਛੋਟੇ ਮਜ਼ਾਰੇ ਐਵੇਂ ਕਿਵੇਂ ਦੇ ਮਜ਼ਾਰੇ ਨਹੀਂ ਹੈ ਇਹ ਦੇਸ਼ ਦੇ ਭਵਿੱਖ ਦੀ ਇੱਕ ਬਹੁਤ ਵੱਡੀ ਰਾਜਨੀਤਿਕ ਉਮੀਦ ਹੈ ਮੈਂ ਥੋੜਾ ਹੀ ਬੋਲੂਗਾ ਕਿਉਂਕਿ ਸੁਖਦੇਵ ਦਾ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਦੋਂ ਇਹੋ ਜਿਹੇ ਸੂਝਵਾਨ ਮੈਚਿਓਰ ਸਟੂਡੈਂਟ ਲੀਡਰ ਨੌਜਵਾਨ ਲੀਡਰ ਜਿਹੜੇ ਆਈਲੈਂਡ ਦੇ ਪਿੱਛੇ ਨਹੀਂ ਭੱਜ ਰਹੇ ਜਿਹੜੇ ਕੈਨੇਡਾ ਨੂੰ ਆਪਣਾ ਲਕਸ਼ ਨਹੀਂ ਮੰਨਦੇ ਇਸ ਧਰਤੀ ਦਾ ਖਾਦਾ ਇਸ ਧਰਤੀ ਦਾ ਨਮਕ ਖਾਦਾ ਔਰ ਉਹਦੇ ਉੱਪਰ ਨਾਏ ਹੋਏ ਆ ਇਹ ਸਾਡੇ ਪੰਜਾਬ ਦਾ ਸਾਡੇ ਪਾਸ਼ਾ ਦਾ ਜਿਹਦੇ ਵਿਸ਼ੇ ਤੇ ਅੱਜ ਇਕੱਠੇ ਹੋਏ ਆ ਇਹ ਇੱਕ ਵੱਡੇ ਥੰਮ ਹੈਗੇ ਆ ਇੱਕ ਵੱਡੀ ਉਮੀਦ ਹੈਗੇ ਆ ਇਸ ਲਈ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਇਹ ਯੂਨੀਵਰਸਿਟੀ ਪਹਿਲਾਂ ਹੀ ਅੱਧੀ ਸੈਂਟਰਲ ਆ ਤੇ ਅੱਧੀ ਸਟੇਟ ਦੀ ਹੈ ਇਹਦਾ ਸਟੇਟਸ ਹੋ ਜਾ ਹੋਇਆ ਇੰਜ ਕਰ ਕਿਉਂਕਿ ਪੰਜਾਬ ਯੂਨੀਵਰਸਿਟੀ ਤੁਹਾਨੂੰ ਪਤਾ ਕਿ ਦੇਸ਼ ਦੀਆਂ 4 ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਚੋਂ ਇੱਕ ਯੂਨੀਵਰਸਿਟੀ ਆ ਲਾਹੌਰ 1882 ਜੇ ਯੂਨੀਵਰਸਿਟੀ ਬਣੀ ਉਦੋਂ ਬਾਅਦ ਇੱਥੇ ਆਉਣ ਤੇ ਜਦੋਂ ਪੰਜਾਬ ਦਾ 1966 ਦੇ ਵਿੱਚ ਰੀਆਰਗੇਨਾਈਜੇਸ਼ਨ ਹੋਈ ਤੇ ਇਸ ਯੂਨੀਵਰਸਿਟੀ ਦੇ ਕੈਲੰਡਰ 'ਚ ਲਿਖ ਦਿੱਤਾ ਗਿਆ ਕਿ ਇਹ ਯੂਨੀਵਰਸਿਟੀ ਇੰਟਰ ਸਟੇਟ ਬਾਡੀ ਕਾਰਪੋਰੇਟ ਇਹਦਾ ਮਤਲਬ ਇਹ ਕਿ ਕੁਝ ਕਾਲਜ ਹਰਿਆਣੇ ਦੇ ਕੁਝ ਯੂਨੀਅਨ ਟੈਰੀਟਰੀ ਦੇ ਕੁਝ ਪੰਜਾਬ ਦੇ ਸ਼ਾਇਦ ਹਿਮਾਚਲ ਦੇ ਵੀ ਕੁਝ ਸੀਗੇ ਉਹ ਤੇ ਉਹਨਾਂ ਨੇ ਹਟਾ ਲਏ ਸੀ ਉਹਦੇ ਇਸ ਲਈ ਇਹ ਜਿਹੜੇ ਸਾਰੇ ਕਾਲਜ ਇਹਦੇ ਨਾਲ ਸੀਗੇ ਤੇ ਇਸ ਨੂੰ ਕਿਵੇਂ ਇੱਕ ਸਟੇਟ ਤੇ ਨਹੀਂ ਰੈਗੂਲੇਟ ਕਰੂਗੀ ਇਹਦਾ ਚਾਂਸਲਰ ਗਵਰਨਰ ਨਹੀਂ ਹੋ ਸਕਦਾ ਕਿਉਂਕਿ ਇਹ ਸੈਂਟਰਲ ਨਹੀਂ ਹੈਗੀ ਇਹਦਾ ਚਾਂਸਲਰ ਰਾਸ਼ਟਰਪਤੀ ਵੀ ਨਹੀਂ ਹੋ ਸਕਦਾ ਤੇ ਇਹਨਾਂ ਨੇ ਇਹਦਾ ਜਿਹੜਾ ਚਾਂਸਲਰ ਵਿਚਲਾ ਰਾਹ ਕੱਢ ਲਿਆ ਕਹਿੰਦੇ ਫਿਰ ਉਪ ਰਾਸ਼ਟਰਪਤੀ ਨੂੰ ਬਣਾ ਦਿਓ ਇੱਕੋ ਹੀ ਯੂਨੀਵਰਸਿਟੀ ਆ ਸਾਰੇ ਦੇਸ਼ ਦੇ ਵਿੱਚ ਜਿਹੜੀ ਨਾ ਸਟੇਟ ਦੀ ਆ ਨਾ ਸੈਂਟਰ ਦੀ ਆ ਤੇ ਇਹ ਹੈਗੀ ਆ ਵਿੱਚ ਵਿਚਾਲੇ ਇਸ ਲਈ ਇਹਨੂੰ ਫੜ ਕੇ ਸੈਂਟਰ ਵੱਲ ਲੈ ਜਾਣਾ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦੇਣਾ ਅਸੀਂ ਜਿਸ ਜਗ੍ਹਾ ਤੇ ਬੈਠੇ ਹਾਂ ਉਹ ਪਹਿਲਾਂ ਹੀ ਸੈਂਟਰ ਕਬਜ਼ਾ ਕਰੀ ਬੈਠਾ ਚੰਡੀਗੜ੍ਹ ਕੋਈ ਕਹਿੰਦਾ ਕਿ ਇਹ ਪੰਜਾਬ ਦਾ ਕਿਉਂ ਨਹੀਂ ਇਹਦੇ ਲਈ ਲੜਾਈ ਕਰਦੇ ਆ ਪੀਜੀਆਈ ਸੈਂਟਰ ਦਾ ਸਾਰੀਆਂ ਭਰਤੀਆਂ ਸਾਰਾ ਕੁਝ ਜੇ ਤੁਸੀਂ ਕੋਈ ਗੱਲ ਕਰਨੀ ਹੋਵੇ ਤੇ ਜਾ ਕੇ ਦਿੱਲੀ ਜਾਣਾ ਪੈਂਦਾ ਵੀ ਅਸੀਂ ਪੀਜੀਆਈ ਕੁਝ ਸਾਨੂੰ ਆ ਐਮਰਜੈਂਸੀ ਦੀ ਲੋੜ ਪੈ ਗਈ ਇੱਥੇ ਵੀ ਤੁਸੀਂ ਇੰਝ ਹੀ ਕਰੋਗੇ ਫਿਰ ਹੋਰ ਨਹੀਂ ਕਿਤੇ ਜਾ ਸਕਦੇ ਇਸ ਲਈ ਇਹਦੀਆਂ ਖੂਬੀਆਂ ਬਹੁਤ ਆ ਕਿ ਇਹਦੀ ਚੁਣੀ ਹੋਈ ਸੈਨੇਟ ਆ ਚੁਣੀ ਹੋਈ ਸਾਡੀ ਬਾਡੀ ਹੈਗੀ ਆ ਜਿਹੜੀ ਸੈਨੇਟ ਸਿੰਡੀਕੇਟ ਸਾਰੀ ਸਾਡੇ ਪੰਜਾਬੀ ਸਾਰੇ ਹੋਰ ਗ੍ਰੈਜੂਏਟ ਕਾਂਸਟੀਟੂਐਂਸੀ ਖੁਦ ਆਪਾਂ ਉਹਨਾਂ ਨੂੰ ਬਣਾਉਂਦੇ ਹਾਂ ਇਸ ਕਰਕੇ ਇਹਦਾ ਇੱਕ ਸਾਡਾ ਇੱਕ ਇਹਦੀ ਜਵਾਬਦੇਹੀ ਵੀ ਹੈ ਤੇ ਸਾਡਾ ਕਬਜ਼ਾ ਵੀ ਹੈ ਇੰਜ ਕਹਿ ਲਓ ਤੁਸੀਂ ਪਰ ਜੋ ਇਹ ਹੁਣ ਕਰ ਰਹੇ ਆ ਇਹ ਪਹਿਲੀ ਵਾਰੀ ਨਹੀਂ ਹੋਇਆ ਆ ਪਿੱਛੇ ਜੇ ਸੈਂਟਰ ਦੇ ਸਕੇਲ ਜਿਹੜੇ ਸੁਖਦੇਵ ਜੀ ਕਹਿ ਰਹੇ ਸੀ ਉਹਦਾ ਲਾਗੂ ਕਰਨ ਦਾ ਮਤਲਬ ਸੀ ਵੀ ਸੈਂਟਰ ਨੂੰ ਫੜਾਉਣੀ ਉਹ ਅਸੀਂ ਰੋਕ ਲਿਆ ਆ ਹੁਣ ਕੱਲ ਖੱਟੜ ਦੇ ਨਾਲ ਭਗਵੰਤ ਮਾਨ ਦੀ ਮੀਟਿੰਗ ਹੋਈ ਮੈਨੂੰ ਨਹੀਂ ਸਮਝ ਆਇਆ ਕਿ ਬਨਵਾਰੀ ਲਾਲ ਪੁਰੋਹਿਤ ਉਹ ਕਿੱਥੋਂ ਵਿੱਚ ਆ ਗਿਆ ਸਾਡੀ ਮੀਟਿੰਗ ਕਰਾਉਣ ਵਾਲਾ ਭਈ ਤੂੰ ਪੰਜਾਬ ਦਾ ਗਵਰਨਰ ਉਹ ਖੱਟੜ ਸਾਹਿਬ ਜਿਹੜੇ ਆ ਉਹ ਹਰਿਆਣੇ ਦੇ ਉਹਨਾਂ ਦਾ ਗਵਰਨਰ ਲੱਗ ਗਿਆ ਪੰਜਾਬ ਯੂਨੀਵਰਸਿਟੀ ਬਾਰੇ ਗੱਲ ਕਰਨੀ ਆ ਤੇ ਸਾਡਾ ਤੇ ਜਿਹੜਾ ਮੀਡੀਏਟਰ ਆ ਉਹ ਵਾਈਸ ਪ੍ਰੈਜ਼ੀਡੈਂਟ ਆ ਜਗਦੀਪ ਸਿੰਘ ਟੰਕੜ ਉਹਨਾਂ ਦੇ ਨਾਲ ਗੱਲ ਹੋਣੀ ਚਾਹੀਦੀ ਆ ਤੇ ਤੁਸੀਂ ਵਿੱਚ ਆ ਕੇ ਕਾਲਜਾਂ ਨੂੰ ਇਹਦੇ ਨਾਲ ਅਫੀਲੀਏਟ ਕਰਨਾ ਚਾਹੁੰਦੇ ਕਈ ਵਾਰੀ ਕਹਿ ਚੁੱਕੇ ਆ ਉਹਨਾਂ ਨੇ 9 ਅਗਸਤ 2022 'ਚ ਅਸੈਂਬਲੀ 'ਚ ਪਾਸ ਕੀਤਾ ਹੋਇਆ ਕਿ ਅਸੀਂ ਇਹ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਲਾਉਣੇ ਆ ਆ ਉੱਥੇ ਸਾਡਾ ਸਪੀਕਰ ਵੀ ਬੈਠਾ ਸੀ ਵਿਜ਼ਟਰ ਗੈਲਰੀ ਦੇ ਵਿੱਚ ਸੰਧਵਾ ਕੋਈ ਪ੍ਰੋਟੈਸਟ ਨਹੀਂ ਕੋਈ ਕਿਸੇ ਉਸ ਕਿਸਮ ਦਾ ਨਹੀਂ ਕੱਲ੍ਹ ਵੀ ਠੋਕ ਕੇ ਜਵਾਬ ਦੇਣਾ ਚਾਹੀਦਾ ਸੀ ਭਗਵੰਤ ਮਾਨ ਵਾ ਤੁਸੀਂ ਕੌਣ ਹੁੰਦੇ ਆ ਤੁਸੀਂ ਜਦੋਂ ਆਪਣੇ ਕਾਲਜ 73 ਤੋਂ ਬਾਅਦ ਕੁਰੂਕਸ਼ੇਤਰਾ ਯੂਨੀਵਰਸਿਟੀ 'ਚ ਲੈ ਹੀ ਗਏ ਉਹਦੇ ਨਾਲ ਲਾ ਲੇ ਕਿ ਤੁਹਾਨੂੰ ਇੱਥੇ ਦਾ ਸਾਡਾ ਨਮਕ ਨਹੀਂ ਸੀ ਚੰਗਾ ਲੱਗਦਾ ਸਾਡੀ ਪੰਜਾਬ ਯੂਨੀਵਰਸਿਟੀ ਦੀ ਡਿਗਰੀ ਸੋਭਦੀ ਨਹੀਂ ਸੀ ਹੁਣ ਕਿਉਂ ਤੁਸੀਂ ਤਰਲੋ ਮੱਛੀ ਹੁੰਦੇ ਆ ਕਿ ਸਾਨੂੰ ਦੁਬਾਰਾ ਨਾਲ ਜੋੜੋ ਕਾਰ ਕੋਈ ਤਾਂ ਐਵੇਂ ਸਿੰਘ ਨੇ ਛੇੜਨ ਦੀ ਗੱਲ ਹੈ
जिहड़ी 50 साल पहला उन्होंने आपका हक छड्ड दिता, हक सीगा उन्हां दा, कोई शक नहीं है उन्होंने छड्डिया आती है तो हुण मुड़ के उन्होंने इत्थे घसोड़न का मतलब है ये सियासत शोहरत लै रहे हैं, हरियाणे पंजाब नूं वंड रहे हैं, बल्कि इहदा हरियाणे नूं भी वड्डा नुकसान होएगा क्योंकि यूनीवर्सिटियां नूं वड्डी आमदन का स्रोत जिहड़ा है वह एफिलेटेड कालजां दे बच्चों तो हुंदा है, उन्हां तों फीसां आउंदियां ने, उन्हां तों जुर्माने होर फार्मां दे पैसे आउंदे ने, वह जिहड़ा पैसा है उत्थे गुरु जमदेश्वर यूनीवर्सिटी है, कुरुक्षेत्र यूनीवर्सिटी है, उन्होंने जिन्हों जाना है वो उन्होंने जाना बंद होएगा तो उत्थे समा वो यूनीवर्सिटियां संकट जानगियां, वित्तीय संकट पहले यूनीवर्सिटियां फेस कर रही ने क्योंकि केंद्र भी पैसे नहीं दे रहा, सूबे सरकार भी नहीं दे रही, सो वो आपदे बच्चों की मैं कहांगा कीमत दे उत्ते भी आपकी एक जिद पगाउण दे वास्ते अगे आईया ने और भारत सरकार के कहे तो लगता आईया ने, कोई आप पे तो हरियाणे में यह जहाँ कोई काम है नहीं सी, हुण रोज़ ही कदे कहिंदे सानू इत्थे विधानसभा की जगह दिओ जी, कदे कहिंदे ने साडे इत्थे आ करो जी, कदे ओ करो जी, उहदे चों इह लगदा है भी हरियाणा जानबुझ के पंगे लै रहा है क्योंकि पंजाब ते हरियाणे की जिहड़ी एकता होई है किसानी अंदोलन जिहड़ी हुण भी चल रही है, जिहड़ी पहलवाना अंदोलन चल रही है, उहनू तोड़ना चाहुंदे ने, दूजा पासा इह है भी जद तुसीं जिहड़ा काम चलदा है उहदे विच कोई तुसीं खल पाउणा चाहुंदे हो तो वो ये नहीं होंगे कि तुम उन्होंने अगे वधा रहे हो, तुम उन्होंने तोड़ना कोशिश करते हो, इतने कार्ड एफिलेट करने कोई फर्क नहीं पैंता, हरियाणे के बच्चों इतने खुद है जिन्हें मर्जी आ जाए, जिन्हें मर्जी आके इम्तिहान दाखला इम्तिहान दे के जेडे दाखला ले लैन एल एल बी लै लैन एल एल एम च लै लैन, कोई पी एच डी आ जाए, कोई एम ए आ जाए, एम एस सी आ जाए, कोई ऑनर कोर्सा आ जाए, कोई यू आई टी आ जाए, डेंटल आ जाए, जिते मर्जी आ जाए, कोई रोक ही नहीं है, बल्कि पूरे भारत के बच्चों कोई रोक नहीं है, सो ये एक प्रेस्टीज यूनीवर्सिटी है, इन्हें जो कुछ करे वो कल जो उन्होंने मीटिंग भी करी है वो मैनू नहीं लगता भी यूनीवर्सिटी का कोई फायदा कर रहे हैं, यूनीवर्सिटी भी डुवाउणगे तो आपदे आप नूं तां कहिंदे जहां हम लटके वहां तुम लटके आदि गल कर रहे हैं। देखो जिस तक सवाल है जो 40% खर्चा दोनों स्टेटा वंडिया जाएगा ना वंडिया जाएगा तो कोई मतलब ही नहीं है, जे पंजाब सरकार आपका हिस्सा दे रही है तो वंडे जाने का की मतलब है, ये खर्चे का तो कोई संबंध नहीं है, नहीं देना चाहिए, नहीं देगी पंजाब सरकार, क्यों देगी पंजाब सरकार, देना ही नहीं चाहिए, तुसी आपका कोई बंदा तो चार पैसे दिंदा लालच दिंदा तो तुसी आपकी हक छड़ दोगे, पंजाबी का हक छड़ दोगे, पंजाब की यूनिवर्सिटी है, सो ये नहीं छड़ेगी सरकार, मैनू नहीं लगता भी सरकार ये छड़ेगी। देखो ये तो सारी दुनिया के पता है भी ज्ञान अर्जित करन दा ते ज्ञान जिहड़ा है सिरजन का तरीका मात भाषा है, तो मात भाषा जिहड़ा वखरा कर जा उसे वितकरे तो करा जा रहा है, हिंदू सिख का मुसलमान इहनू पंजाबी दे नाल पंजाबी नूं सिखण दे नाल जोड़िया जा रहा है, पंजाबी जिहड़ा ज्ञान प्राप्त करके पंजाब जिहड़े साडे बच्चे ने वख वख विषयां दे विच सारी दुनिया दे विच मुकाबला करदे ने पंजाब दे बच्चे, उन्होंने पिछे रखने वास्ते भी ये एडे तकड़े ना हो जाण, उन्होंने पिछे रखने वास्ते एक हरबा है, ये नीति दे भी उल्टा है, यह सिक्ख्या शास्त्र दे भी उल्टा है, तो ये असूलों दे भी उल्टा है, ये गलत है। वी सी साहब नाल मेरी तो गल नहीं हुई, मैं तो करता नहीं क्योंकि ये इन्होंने पहला इतने चोन हुई सी उदो मैं वोटर सी, इन्होंने जानबूझ के सारा जी चोन हुई सी 6 दे 6 चुने गए थे इन्होंने विरोधी उन्होंने इन्होंने ये पंजाब यूनीवर्सिटी में जिहड़ा हरियाणे नाल वंडिया जाना जां सेंटर का पहला हिस्सा वो सरासर गलत आ ना धक्का, मतलब अं चंडीगढ़ की जो गल करते हैं चंडीगढ़ पूरे का पूरा पंजाब का, मतलब इतने जो पिंड उजाड़े गए थे वो पंजाबी पिंड सी पुआधी पिंड सीगे, पंजाबी लोगों उजाड़ के चंडीगढ़ वसिया उत्थे ही पंजाब यूनीवर्सिटी वसी आ, मतलब जो साडी जमीन ते यूनीवर्सिटी बनी आ तो मिलनी पंजाब नूं चाहिए, साडी लगातार लंबे समय तो लड़ाई चल रही थी कि इहनू स्टेट यूनीवर्सिटी बनाया जाए तो पंजाब का हिस्सा जिहड़ा पहला 40% आ उस हिस्सा वधा के इत्थे 100% हिस्सा किया जाए तो पंजाब यूनीवर्सिटी पंजाब नूं सौंपी जाए, पर सेंटर सरकार दीआं कोझियां चालां जिहड़ियां उहदे च लगातार इहनू पंजाब तों खोहण दी कोशिश आ, उहदे च कदे सेंटर सरकार आपदा हिस्सा पाउण दी कोशिश करदा कदे किवें करदा है ना, जे उवें लोट नहीं आउंदा उवें पंजाबी सिद्धा रजिस्टर करदे आ, हुण उह हरियाणे दे थ्रू वल नूं फिरदे आ, मतलब हुण हरियाणे दे कालज नाल जुड़न नूं फिरदे आ, ते पंजाब सरकार दी वी इहदे च बेशर्मी आ कि उह आप फंड दे नहीं रहे, मतलब उन्हां नूं चाहीदा तो इह आ कि पूरा फंड देण यूनीवर्सिटी दे आपदे हस्थ च लैण, पर उह आप फंड तों बचना मारे हरियाणा सरकार नाल वी संधियां जिहियां कर रहे आ, हुण वेखो असीं पंजाब सरकार नूं वी अपील करदे आ कि हाँ जी दस हाँ जी उम्मीद उमूद तो बई इन्हों तो ऐसी वैसी है सानू, पर असं अपील जरूर करते इन्हों कहना जरूर चाहते हाँ बई तुम जे पंजाब यूनीवर्सिटी ना बचा सके जे तुम कोई सैन मारते हरियाणे नाल संधि दे जां सेंटर नाल कोई संधि दे तां विरोध जिहड़ा अज केंद्र सरकार दे उल्ट हो रहा अज जिहड़ियां गालां मोदी नूं पै रहियां कल नूं गालां भगवंत मान नूं भी पैणगियां घेरिया कल नूं भगवंत मान भी जाऊगा, मतलब उहनूं चेतावनी भी आ बई विधानसभा च मता पास करे कि पंजाब यूनीवर्सिटी पंजाब दी आ पूरी दी पूरी, असीं बई
पंजाबी विषय नूं लाजमी विषय वजों हटाया जा रहा वह सरासर गलत आ। उ जिवें पहला मैं सारी गल करी कि पंजाब यूनिवर्सिटी जे पंजाब की आ तो इतों का जो सिक्ख्या मॉडल होगा, इतों का जो तरक्की का मॉडल होगा, वो सिक्ख्या मॉडल च माँ बोली की एक इंपोर्टेंस होंगी है कि इतों का सभ्याचार समझन, इतों का इतिहास समझन, इतों के लोगों समझने लिए इतों की सानू बोली आनी चाहिए है। जे पंजाब रह रहे हैं तो पंजाबी आनी चाहिए है, तो पंजाबी लाजमी विषय बतौर पढ़ा जरूरी है। भाई मीटिंगां तां हो रही लगातार, पिछला धरना लाई जदों असीं उदों मीटिंग होई सी ते अज भी अंदर मीटिंग भी चल रही, मतलब जदों ही धरना शुरू किया उदों ही मतलब इन्होंने मीटिंग लई सद लिया। मतलब डरे हुए आ, दबाव च आ कि कुछ गल मन भी रहे पर पूरी दी पूरी नहीं मनी। साडी डिमांड आ कि पंजाबी भाषा नूं लाजमी विषय वजों सारे अंडर ग्रेजुएट कोर्सां 'च पढ़ाया जाए। तो जे कोई नॉन पंजाबी स्टूडेंट आ उहनूं हिस्ट्री एंड कल्चर पढ़ाउणा तां उहनूं भी जरूरी आ। मतलब गलबात चल रही आ पर गलबात 'च जिन्ना टाइम नहीं मनदे उन्ना टाइम साडा धरना चलूगा। धन्यवाद। सत श्री अकाल जी, मेरा नाम हर्षदीप सिंह बाठ है ते पंजाब यूनिवर्सिटी कौंसल का मैं वाइस प्रधान हाँ जी। बई सब तो पहला तो मैं यही कहना चाहूँगा कि जदों ये यूनिवर्सिटी पंजाब के पिंडां नूं उजाड़ के बनी है ना, तो जे तुसीं इत्थों इन्हां एजुकेशन पॉलिसियां दे राही तुसीं पंजाबी नूं ही पिछे हटा रहे हो तो उस तो वध के माड़ी गल पंजाब लई भी बाकी सारयां लई भी। ते जे अज्ज पंजाब नाल वरत रही है तो कल किसी नाल भी वरत सकदी है, इस तो माड़ी गल मैं अपनी नज़र च होर कुछ नहीं देखता जी। बई जिवें हुणे एक नोटिस आया कि जिवें पहला सीगा पंजाबी नूं पढ़ाया जांदा सीगा कि 2 दा क्रेडिट स्कोर दे के ते 6 दे 6 दिन पढ़ाया जाऊगा, तो जिवें बाई होरां ने भी कहा कि इस चीज़ तों सानूं पहलां ही उम्मीद सी कि होगी होगी, बट साडी लड़ाई होर अगे तक है। सानूं जिहड़ा क्रेडिट स्कोर है वह भी वध चाहिए, सानूं होर भी जिहड़ियां भी मंगां ने अज जिन्हां नूं लैके असीं इकट्ठे हाँ असीं उह पूरियां करवा के इत्थों उठांगे। तो सरकार का रोल मैं इवें देखदा कि बई मतलब पंजाब सरकार तो उम्मीद करते हैं कि जे वह इस चीज़ लिए अगे आके कुछ करन, क्योंकि हुण तक तो उन्होंने एवें दा कोई अपना फैसला नहीं लिया या कोई कदम नहीं चुकया, तो उम्मीद कर सकते हैं कि जे उन्होंने इस चीज़ लिए सोझी आवे तो अगे आके कोई कदम चुकन। हाँ जी, जिवें मतलब कल परसों तो भी परसों भी एक इकट्ठ किया गया सीगा इत्थे, ते जिवें उत्थे भी गल हुई सीगी ते वाइस चांसलर ने कल मेरे ख्याल नाल इक मतलब वैसे वर्बली गल कीती सीगी कि हाँ जिवें पहलां पढ़ाया जांदा सीगा पंजाबी नूं लाजमी विशेयां च ते बाकी होर चीज़ां नूं ते उवें ही पढ़ाया जाऊगा। ते अज एक ऑफिशियल नोटिस भी हुणे थोड़ा टाइम पहला आया कि वह चीज़ लागू कर दी गई है। मैं तो एवें देखदा कि उन्हां दा इस चीज़ लई कोई मतलब तो बनता नहीं कि जे वह मतलब हरियाणे ते पंजाब दी सरकार नूं मिला के उस चीज़ ते गल करदे ने कि वह कॉलेजां नूं एफिलिएशन देनी है या कुछ होर। तो साडी डिमांड सिर्फ ये नहीं हैगी कि आर्ट्स के विषय के पंजाबी कंपलसरी पढ़ाई जाए या हिस्ट्री एंड कल्चर पढ़ाया जाए, वो साडी डिमांड है कि अंडर ग्रैजुएट के जिन्हें भी कोर्सेज ने ਉਹਦੇ ਵਿੱਚ ਪੂਰੀ ਦੀ ਪੂਰੀ ਪੰਜਾਬੀ ਕੰਪਲਸਰੀ ਪੜ੍ਹਾਈ ਜਾਵੇ, ਪੰਜਾਬੀ ਜਾਂ HCP ਹਿਸਟਰੀ ਐਂਡ ਕਲਚਰ ਆਫ ਪੰਜਾਬ। ਅਤੇ ਉਹ ਡਿਮਾਂਡ ਹਾਲੇ ਸਾਡੀ ਪੈਂਡਿੰਗ ਆ ਅਤੇ ਉਹਦੇ ਉੱਪਰ ਇਹ ਹਾਲੇ ਵੀ ਟਸ ਤੋਂ ਮਸ ਨਹੀਂ ਹੋ ਰਹੇ ਅਤੇ ਲਗਾਤਾਰ ਕਨਫਿਊਜ਼ਨ ਆ, ਸਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਅਤੇ ਐਂ ਜਿਤਾ ਰਹੇ ਨੇ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ। ਮਤਲਬ ਲਗਾਤਾਰ NEP ਨੂੰ ਮਤਲਬ ਦੋਸਤੋ ਇੱਕ ਗੱਲ ਸਾਫ਼ ਆ, ਆਪਾਂ ਇੱਥੇ ਸਿਰਫ ਭਾਸ਼ਾ ਕਰਕੇ ਇਕੱਠੇ ਨਹੀਂ ਹੋਏ, ਭਾਸ਼ਾ ਇੱਕ ਸਾਡਾ ਵਜੂਦ ਦਾ ਮਸਲਾ, ਉਹਦੇ ਲਈ ਤਾਂ ਅਸੀਂ ਇਕੱਠੇ ਹੋਏ ਹੀ ਹਾਂ। ਤੇ ਇਹ ਜੋ ਸੰਕਟ ਖੜਾ ਹੋਇਆ, ਇਹ ਸੰਕਟ ਕਿਉਂ ਖੜਾ ਹੋਇਆ, ਇਹ ਸੰਕਟ ਖੜਾ ਹੋਇਆ NEP ਕਰਕੇ। NEP ਐਡੀ ਖਤਰਨਾਕ ਆ ਕਿ ਇਹ ਕੋਈ ਟੀਚਰ ਪੱਕਾ ਨਹੀਂ ਭਰਤੀ ਕਰਨਾ, ਡਿਜੀਟਲਾਈਜੇਸ਼ਨ ਕਰਨੀ ਆ ਲਗਾਤਾਰ, ਜਿਹੜੇ ਸਟੇਟਾਂ ਦੇ ਕੋਲ ਰਾਈਟਸ ਨੇ। NEP ਦੇ ਅੰਡਰ ਸਾਫ਼ ਆ ਕਿ ਸਟੇਟਾਂ ਕੋਲ ਕੋਈ ਰਾਈਟ ਨਹੀਂ ਰਹੂਗਾ, ਸਾਰਾ ਕੁਛ UGC ਜਾਂ ਮਿਨਿਸਟਰੀ ਆਫ ਐਜੂਕੇਸ਼ਨ ਤੈਅ ਕਰੂਗੀ। ਤਾਂ ਉਸੇ ਲੜੀ ਦੇ ਤਹਿਤ ਦੀ ਭਾਸ਼ਾ ਦੇ ਉੱਪਰ ਅਤੇ ਸਟੇਟਾਂ ਦੇ ਕੋਲ ਐਜੂਕੇਸ਼ਨ, ਤੁਹਾਡਾ ਐਂਟਰੈਂਸ ਟੈਸਟ ਤੱਕ ਸਾਰੀ ਯੂਨੀਵਰਸਿਟੀਆਂ ਅਤੇ ਸਟੇਟ ਯੂਨੀਵਰਸਿਟੀਆਂ ਦਾ ਉੱਥੇ ਤੈਅ ਹੋਊਗਾ। ਤਾਂ ਸਾਡੀ ਡਿਮਾਂਡ ਮਤਲਬ ਇੱਕ ਤਾਂ ਪੰਜਾਬੀ ਭਾਸ਼ਾ ਨੂੰ ਸਾਰੇ ਅੰਡਰ ਗ੍ਰੈਜੂਏਟ ਕੋਰਸਾਂ ਦੇ ਵਿੱਚ ਲਾਗੂ ਕਰਨਾ, ਅਤੇ ਸਭ ਤੋਂ ਮੂਲ ਡਿਮਾਂਡ ਜਿਹੜੀ ਹੋਣੀ ਚਾਹੀਦੀ, ਜਿਹਦੀ ਜਿਹੜੀ ਜੜ ਆ ਸਾਰੀ ਚੀਜ਼ ਦੀ, ਸਾਰੀ ਚੀਜ਼ ਦੀ ਜੜ ਹੈ NEP। NEP ਲਗਾਤਾਰ ਐਜੂਕੇਸ਼ਨ ਢਾਂਚੇ ਦੇ ਉੱਪਰ ਹਮਲਾ ਕਰ ਰਹੀ ਆ, ਸਾਰੀ ਐਜੂਕੇਸ਼ਨ ਦੇ ਵਿੱਚ ਕੰਟਰੈਕਚੁਅਲ ਸਿਸਟਮ ਲਾਗੂ ਕਰ ਰਹੀ ਆ, ਉਹਦਾ ਭਗਵਾਂਕਰਨ ਕਰ ਰਹੀ ਆ। ਇੱਕ ਗੱਲ ਸ਼ਾਇਦ ਕਿਸੇ ਵੀ ਸਾਥੀ ਭੁੱਲ ਗਿਆ ਹੋਵੇ ਕਰਨਾ ਕਿ ਜਿਹੜੀ ਇਹ ਪੰਜਾਬੀ ਦੇ ਉੱਪਰ ਹਮਲਾ ਕਰਨ ਦੀ ਸਾਜ਼ਿਸ਼ ਕੀਤੀ ਗਈ ਆ, ਇਹ ਇੱਥੇ ਇੱਕ ਐਜੂਕੇਸ਼ਨ ਡਿਪਾਰਟਮੈਂਟ ਦੀ ਟੀਚਰ ਆ ਲਤਿਕਾ ਸ਼ਰਮਾ। ਉਹਦਾ ਇੱਕ ਇਤਿਹਾਸਿਕ ਬੈਕਗ੍ਰਾਉਂਡ ਹੈ ਕਿ ਉਹਦੇ ਮਾਂ ਬਾਪ, ਉਹਦੇ ਦਾਦੇ ਪੜਦਾਦੇ ਸਾਰੇ RSS ਸੀਗੇ, ਅਤੇ ਉਹ ਆਪ ਵੀ RSS ਦੀ ਸ਼ਾਖਾ ਦੇ ਵਿੱਚ ਜਾਂਦੀ ਆ, ਅਤੇ ਉਹ NEP ਦੀ ਕੋਆਰਡੀਨੇਟਰ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ। ਉਹ ਲਗਾਤਾਰ ਪੰਜਾਬੀ ਭਾਸ਼ਾ ਅਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ NEP ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਅਤੇ ਵਾਈਸ ਚਾਂਸਲਰ ਜਿਹੜੀ ਲੱਗਦੀ ਕਿ ਪੰਜਾਬੀ ਆ, ਪੰਜਾਬੀ ਪੰਜਾਬੀ ਦਾ ਕੋਈ ਮਸਲਾ ਨਹੀਂ ਹੈਗਾ ਕਿ ਉਹ ਪੂਰੀ ਪੰਜਾਬੀ ਬੈਕਗ੍ਰਾਉਂਡ ਆ। ਉਹ ਮਸਲਾ ਇੰਨਾ ਕਿ BJP RSS ਦੀਆਂ ਨੀਤੀਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਆ, ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਤਿਹਾਸਿਕ ਕਲੇਮ ਵੀ ਆ ਪੰਜਾਬ ਦਾ
ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਡਿਲੂਟ ਚਾਹੇ ਉਹ ਸੈਨੇਟ ਦੇ ਜ਼ਰੀਏ ਹੋਵੇ ਚਾਹੇ ਉਹ ਭਾਸ਼ਾ ਦੇ ਉੱਪਰ ਹਮਲਾ ਕਰਨਾ ਹੋਵੇ ਚਾਹੇ ਇੱਥੇ ਅੱਜ ਦੀ ਡੇਟ ਦੇ ਵਿੱਚ ਪਹਿਲਾਂ ਸੀਗਾ ਕਿ ਬੀ